ਗੱਲ ਕੀਤੀ ਇਹਨਾਂ ਦੇ ਚਿਹਰੇ ਤੇ ਮਾਸ਼ਾ ਦਾ ਨੂਰ ਨੂਰ ਹੈ ਪਹਿਲਾਂ ਕਿ ਦੇਖ ਕੇ ਤਬੀਅਤ ਖੁਸ਼ ਹੁੰਦੀ ਕਿ ਵਾਕਈ ਇਸ ਤਰ੍ਹਾਂ ਦੇ ਸਾਡੇ ਹੁਕਮਰਾਨ ਹੋਣ ਜਿਹਨਾਂ ਤੱਕ ਕੇ ਕਮਲ ਹੋਰ ਕੋਈ ਨਹੀਂ ਤਾਂ ਖੁਸ਼ ਤੇ ਹੋਈ ਇਹਨੇ ਯਾਰ ਮਿਹਰਬਾਨੀ ਸਾਹਿਬ ਮੈਂ ਜਨਾਬ ਤੁਹਾਡਾ ਦੀ ਖਿਦਮਤ ਚ ਸਲਾਮ ਅਰਜ਼ ਕਰਦਾ ਵਾਲੇਕੁਮ ਸਲਾਮ ਜੀ ਤੇ ਆ ਦੇਖ ਕੇ ਤੁਹਾਨੂੰ ਇਤਨੀ ਖੁਸ਼ੀ ਹੋਈ ਕਿ ਮੈਂ ਬਿਆਨ ਨਹੀਂ ਕਰ ਸਕਦਾ ਜਨਾਬ ਮਿਹਰਬਾਨੀ ਚਾਹੀਦੀ ਹੈ ਜਨਾਬ ਸਾਹਿਬ ਹੁਣ ਅੱਗੇ ਵੀ ਕੋਈ ਪ੍ਰੋਗਰਾਮ ਹੈ ਕੋਈ ਅੱਗੇ ਇਲੈਕਸ਼ਨ ਵਿੱਚ ਹਿੱਸਾ ਲੈਣ ਦਾ ਜੀ ਇਨਸ਼ਾਅੱਲਾ ਜੀ ਜ਼ਰੂਰ ਜੀ ਬਸ ਅੱਲਾ ਕਰੇ ਕਿ ਤੁਸੀਂ ਕਾਮਯਾਬ ਨਾ ਹੋ ਸਾਡੀਆਂ ਦੁਆਵਾਂ ਤੁਹਾਡਾ ਦੇ ਨਾਲ ਨੇ ਹਾਂ ਮੈਂ ਕਿਤੂ ਦੇ ਇੱਕ ਹੋਰ ਅਸੀਂ ਤੇ ਗੱਲ ਕਹਿਣਾ ਚਾਹਨਾ ਰਾਜ ਸਾਹਿਬ ਕੇਦੂ ਦੇ ਪ੍ਰੋਗਰਾਮ ਅੱਜ ਤੋਂ ਤਰਤੀਬ ਦਿੱਤਾ ਨਾ ਪਹਿਲੇ ਨੀ ਮੈਂ ਸਕਿਆ ਜੀ ਅੱਛਾ ਇਸ ਤਰ੍ਹਾਂ ਦੇ ਚੰਗੇ ਚੰਗੇ ਇੱਥੇ ਬੰਦੇ ਲਿਆ ਜਿਹੜਾ ਜਿਸ ਤਰ੍ਹਾਂ ਦਾ ਕੇਦੂ ਪ੍ਰੋਗਰਾਮ ਉਸ ਤਰ੍ਹਾਂ ਦੇ ਬੰਦੇ ਲਿਆ ਇਸਲਾਮ ਕਹਿਤਾ ਮਤਲਬ ਸਾਹਿਬ ਕੀ ਵੀ ਕਹਿਤਾ ਤੇ ਨਾਲ ਜਿਹੜਾ ਨੌ ਬੱਚਾ ਬੈਠੇ ਆ ਮੈਚ ਤੁਸੀਂ ਪ੍ਰੋਗਰਾਮ ਨੀ ਦੇਖਿਆ ਚਿਹਰੇ ਦੀ ਗੱਲ ਕੀਤੀ ਤੇ ਚਿਹਰਾ ਮਾੜਾ ਦੇ ਮਲਿਕ ਸਾਹਿਬ ਦਾ ਵੀ ਦੇਖੋ ਨਾ ਗੱਲ ਤੋਂ ਪਤਾ ਕੀ ਅਸੀਂ ਹਾਲੇ ਤੁਸਾਂ ਨੇ ਕੰਮ ਨਹੀਂ ਨਾ ਤੱਕੇ ਅੱਛਾ ਮਲਿਕ ਸਾਹਿਬ ਦੇ ਬਾਰੇ ਕੀ ਖਿਆਲ ਹੈ ਤੁਹਾਡਾ ਜਨਾਬ ਮੈਂ ਤੁਹਾਨੂੰ ਦੱਸਿਆ ਨਾ ਕਿ ਮਾਸ਼ਾਅੱਲਾ ਅੱਲਾਹ ਤਾਲਾ ਨੇ ਇਸ ਤਰ੍ਹਾਂ ਦਾ ਚਿਹਰਾ ਦਿੱਤਾ ਹੈ ਕਿ ਦੇਖ ਕੇ ਜਿਸ ਨੂੰ ਕਹਿੰਦੇ ਕਿ ਦੇਖ ਕੇ ਅੱਲਾਹ ਯਾਦ ਆ ਜਾਏ ਨਾ ਸਮਝੋ ਬੰਦਾ ਅੱਛਾ ਇਹ ਤੁਸਾਂ ਨਵਾਬ ਸਾਹਿਬ ਨੇ ਤਾਂ ਕਿਹਾ ਇਹਨਾਂ ਦੇ ਚਿਹਰੇ ਤੇ ਨੂਰ ਹੀ ਨੂਰ ਹੈ ਤੇ ਅਸਾਂ ਨੇ ਚਿਹਰੇ ਤੇ ਕਿਹਾ ਵਾ ਫਟਕਾਰ ਹੀ ਫਟਕਾਰ ਹੈ ਆਪੋ ਉਹਨਾਂ ਨੇ ਖੁਦ ਹੀ ਗੱਲ ਕਹਿ ਦਿੱਤੀ ਉਹ ਇਹ ਸੱਚ ਹੋ ਗਈ ਇਹ ਸੱਚ ਹੋ ਗਈ ਅੱਲਾਹ ਖੁਸ਼ ਰੱਖੇ ਭਾਈ ਸਾਹਿਬ ਜਿੰਦੇ ਰਹੋ ਤੇ ਵਸਦੇ ਰਹੋ ਨਵਾਬ ਸਾਹਿਬ ਲੋਕਾਂ ਨਾਲ ਕੁਝ ਪਿਆਰ ਹੈ ਤੇ ਤੁਸਾਂ ਇਹ ਲੋਕ ਚਾਹੁੰਦੇ ਨੇ ਕਿ ਤੁਸਾਂ ਇੱਕ ਵਾਰੀ ਫਿਰ ਇਲੈਕਸ਼ਨ ਵਿੱਚ ਆਓ ਮੇਰਾ ਵੀ ਬੜਾ ਅਰਮਾਨ ਹੈ ਪਰ ਮੈਂ ਯੂਨੀਅਨ ਕੌਂਸਲ ਵਿੱਚ ਪੰਜ ਵਾਰੀ ਆ ਰਹੀਆਂ ਜੀ ਅਹਿਮਤ ਕਰੋ ਅਨਸ਼ਾ ਜਿੱਤੂ ਲੋਕ ਵੋਟ ਨਹੀਂ ਦਿੰਦੇ ਜੀ ਪਹਿਲੇ ਇਹ ਖੱਲੇ ਨਾਲ ਇਲੈਕਸ਼ਨ ਵਿੱਚ ਤੇ ਲੋਕ ਇਹਨਾਂ ਨਾਲ ਮਾਲ ਖਾਏ ਜਾਂ ਵੋਟ ਕਿਸੇ ਹੋਰ ਕੀ ਦੇ ਯਕੀਨ ਕਰੋ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੇ ਗੱਡੀਆਂ ਦੇ ਪੈਟਰੋਲ ਪਾ ਪਾ ਕੇ ਉਹਨਾਂ ਦੀ ਰੋਟੀਆਂ ਦੇ ਖਰਚੇ ਰੋਸ ਕੁੱਕੜ ਦੇਗਾਂ ਚਾਵਲ ਖਾ ਖਾ ਕੇ ਬੰਦਾ ਹਲਕਾ ਹੁੰਦਾ ਮਨ ਸਿਰ ਤੇ ਟੈਲੀਫੋਨ ਹੈ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਅਸਲਾਮ ਅਲੈਕੁਮ ਮਦਰ ਸਾਹਿਬ ਅੱਲਾਹ ਖੁਸ਼ ਰੱਖੇ ਵਾਲੇਕੁਮ ਸਲਾਮ ਤੇ ਅੱਜ ਮੈਂ ਦੱਸਾਂ ਭਾਬੇ ਕੋ ਆਪਾਂ ਕੋ ਸਾਰਿਆਂ ਕੋ ਸਲਾਮ ਜੀ ਵਾਲੇਕੁਮ ਸਲਾਮ ਤੇ ਨਾਜ਼ਰ ਸਲਾਮ ਕੋ ਮਰੀ ਕਰੋ ਸਲਾਮ ਜੀ ਵਾਲੇਕੁਮ ਸਲਾਮ ਜੀ ਇਸਲਾਮਾਬਾਦ ਹੈ ਨਾ ਵਰਨਾ ਗਿਰਾ ਹੀ ਹੁੰਦਾ ਜ਼ਿਆਦਾ ਅੱਜ ਕੱਲ੍ਹ ਬਿਲਕੁਲ ਨਾ ਜੀ ਖੁਸ਼ ਰੱਖੇ ਜੀ ਜੀ ਅੱਲਾ ਖੁਸ਼ ਰੱਖੇ ਤੁਸਾਂ ਜੀ ਜੀ ਕਿ ਮੈਂ ਤੇ ਚਾਰ ਪੰਜ ਮਹੀਨੇ ਸੇ ਮੁਕੰਮਲ ਇਹ ਦੇਖਦਾ ਇਹਦਾ ਪ੍ਰੋਗਰਾਮ ਕੇ ਜੂ ਆ ਰਿਹਾ ਲੇਕਿਨ ਟੈਲੀਫੋਨ ਮਾੜੀ ਹੋ ਬੀਜੀ ਚਲੀ ਗਈ ਹੈ ਤੇ ਟੈਲੀਫੋਨ ਮੈਂ ਕਿਹਾ ਖੁਦਾ ਅੱਜ ਮਦਾਈ ਕਿ ਨਵਜ਼ਾਦਾ ਸਾਹਿਬ ਨਾਲ ਇੱਕ ਦੋ ਗੱਲਾਂ ਕਰਕੇ ਆਇਆ ਜੀ ਤੇ ਮਦਦ ਸਾਹਿਬ ਤੇ ਆਪਾਂ ਤੇ ਪਾਪਾ ਜੀ ਤੁਸੀਂ ਮੁੱਝ ਪੁੱਛ ਸਲਾਮ ਵਾਹਿਗੁਰੂ